ਚੱਲ ਚੱਲ ਜੇ ਟਾਂਪ ਦੀ ਗੋੜੀ ਢੇਰ ਕਰ ਤੀ ਮਾਈ ਮੋਣੋ ਹਾਂਜੀ ਬੰਦੇ ਨਾਲ ਜੀ ਗੱਪ ਨਹੀਂ ਮਾਰਨੀ ਚਾਹੀਦੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਮੈਂ ਪਰਸੋਂ ਚੰਨਣ ਸੀ ਉਹਦੇ ਘਰ ਗਿਆ ਠੀਕ ਹੈ ਜੀ ਭਾਈ ਉਹਨੇ ਨਵਾਂ ਲਿਆਉਂਦਾ ਬਹਾਦਰ ਬੰਦਾ ਅੱਛਾ ਜੀ ਨੌਕਰ ਲਿਆਉਂਦਾ ਜੀ ਮੰਨ ਲਓ ਠੀਕ ਹੈ ਜੀ ਮੰਨ ਲਿਆ ਹੈ ਜੀ ਉਹ ਕਹਿੰਦਾ ਕਹਿੰਦਾ ਉਹ ਬਹਾਦਰ ਕਹਿੰਦਾ ਹਾਂਜੀ ਕਹਿੰਦਾ ਜਾ ਅੰਦਰ ਕਹਿੰਦਾ ਕਹਿੰਦਾ ਜੁੱਤੀ ਲੈ ਗਿਆ ਉਹ ਭਾਈ ਜੁੱਤੀ ਲਿਆ ਕੇ ਮੋਹਰੇ ਰੱਖ ਦਿੰਦਾ ਅੱਛਾ ਜੀ ਕਹਿੰਦਾ ਆਏਗੀ ਤੇ ਹੋਰ ਤੇਰੇ ਕੰਦ ਹੋਣਾ ਆਏਗੀ ਤੇ ਥੋੜਾ ਜਿਹਾ ਵਧਾ ਕੇ ਦੱਸਿਆ ਠੀਕ ਹੈ ਜੀ ਫੇਰ ਭਾਈ ਕਹਿੰਦਾ ਉਹ ਬਹਾਦਰ ਕਹਿੰਦਾ ਹਾਂਜੀ ਕਹਿੰਦਾ ਜਾ ਅੰਦਰ ਸ਼ੇਰਵਾਨੀ ਲੈ ਗਿਆ ਬਥੇੜੇ ਪਰਨੋ ਕਰਾ ਬਣੇ ਕਹਿੰਦਾ ਕਹਿੰਦਾ ਕਿਹੜੀ ਲਿਆਵਾ ਲੁਧਿਆਣੇ ਵਾਲੀ ਪਟਿਆਲੇ ਵਾਲੀ ਕਾ ਬਡੰਡੀ ਓ ਨੋ ਉਹਨਾਂ ਸ਼ੇਖੀ ਚ ਮਾਰਤੀ ਅੱਛਾ ਜੀ ਹੈ ਉਹ ਕਹਿੰਦਾ ਫੇਰ ਅਮਨ ਭਾਈ ਚੱਲਿਆ ਹੁੰਦਾ ਕਹਿੰਦਾ ਚੰਗਾ ਚੰਨਣ ਸੀ ਮੈਂ ਚੱਲਦਾ ਫਿਰ ਕਹਿੰਦਾ ਉਹ ਬਹਾਦਰ ਕਹਿੰਦਾ ਹਾਂਜੀ ਕਹਿੰਦਾ ਜਾ ਅੰਦਰ ਬਾਪੂ ਲਿਆ ਬੁਲਾ ਕੇ ਕਹਿੰਦਾ ਕਿਹੜੇ ਲਿਆਵਾ ਲੁਧਿਆਣੇ ਵਾਲੇ ਪਟਿਆਲੇ ਵਾਲੇ ਕਾ ਬਡੰਡਾ ਵਾਲੇ ਗਰਮ ਗਰਮ ਜਲੇਬੀਆਂ ਵੇਖ ਕੇ ਮੇਰਾ ਕਹਿੰਦਾ ਜੀ ਬਹੁਤ ਹੋ ਗਿਆ ਜਲੇਬੀਆਂ ਖਾਣ ਦਾ ਕਹਿੰਦਾ ਕਿਆ ਹੋ ਗਿਆ ਜੀ ਮਨ ਜਲੇਬੀਆਂ ਖਾਣ ਦਾ ਮਨ ਹੋ ਗਿਆ ਅੱਛਾ ਜੀ ਗਰਮ ਗਰਮ ਜਲੇਬੀਆਂ ਠੀਕ ਹੈ ਜੀ ਕਹਿੰਦਾ ਮੈਂ ਕਿਹਾ ਬਾਪੂ ਜੀ ਦੋ ਚਾਰ ਜਲੇਬੀਆਂ ਖਵਾ ਦਿਓ ਆਪਣੇ ਖਿੱਚ ਕੇ ਤੇ ਵੇੜ ਮਾਰੀ ਕਹਿੰਦਾ ਇਹ ਵੀ ਕੋਈ ਜਲੇਬੀਆਂ ਹਾਂਜੀ ਅਸਲੀ ਜਲੇਬੀਆਂ ਰਹਿ ਗਏ ਪਾਕਿਸਤਾਨ ਚ ਰਸਗੁੱਲੇ ਦੇਖ ਕੇ ਮੇਰਾ ਬੜਾ ਜੀ ਖੁਸ਼ ਹੋਇਆ ਹਾਂਜੀ ਕਹਿੰਦਾ ਹਾਂ ਬਾਪੂ ਜੀ ਦੋ ਚਾਰ ਰਸਗੁੱਲੇ ਖਿਲਾ ਦਿਓ ਜੀ ਤੈਨੂੰ ਖਾਣ ਦੇ ਕੰਮ ਰਿਹਾ ਮਤਲਬ ਹਾਂਜੀ ਅਸੀਂ ਖਾਣ ਖਾਣ ਦਾ ਬਹੁਤ ਸਵਾਦ ਹਾਂ ਪੀ ਕੇ ਜੀ ਤਾਂ ਬਣੇ ਹਾਂਜੀ ਠੀਕ ਹੈ ਠੀਕ ਹੈ ਜੀ ਭਾਈ ਮੈਂ ਕਿਹਾ ਬਾਪੂ ਜੀ ਦੋ ਚਾਰ ਰਸਗੁੱਲੇ ਖਵਾ ਦਿਓ ਬਾਪੂ ਨੂੰ ਖੁੱਚ ਕੇ ਮਾਰੀ ਕਹਿੰਦਾ ਇਹ ਵੀ ਕੋਈ ਰਸਗੁੱਲੇ ਆ ਹਾਂਜੀ ਅਸਲੀ ਲਾ ਰਸਗੁੱਲੇ ਤੇ ਰਹਿ ਗਏ ਪਾਕਿਸਤਾਨ ਚ ਅੱਛਾ ਜੀ ਇਹ ਤੀਜੇ ਦਿਨ ਮੈਂ ਸਕੂਲ ਆ ਗਿਆ ਮੈਨੂੰ ਬਾਪੂ ਪੁੱਛਦਾ ਤੂੰ ਸਕੂਲ ਕਦੋਂ ਹੀ ਗਿਆ ਮੈਂ ਕਿਹਾ ਆ ਵੀ ਕੋਈ ਸਕੂਲ ਆ ਅਸਲੀ ਸਕੂਲ ਤੇ ਰਹਿ ਗਏ ਪਾਕਿਸਤਾਨ ਚ ਮਤਲਬ ਪਿਓ ਆ ਪਿਓ ਤੂੰ ਪਿਓ ਨਾ ਟਿੱਚਣਾ ਕਰਦਾ ਮੈਂ ਕਿਹਾ ਤੂੰ ਵੀ ਕੋਈ ਪਿਓ ਆ ਅਸਲੀ ਪੋਤ ਰਹਿ ਗਏ ਪਾਕਿਸਤਾਨ